ਸਵਾਲ ਪੈਦਾ ਹੁੰਦਾ ਅਹਿਲੇ ਮੁਲਤਾਨ ਸੂਰਜ ਮਿਆਣੀ ਵਾਲਿਓ, ਸਾਡੇ ਰਾਵੀ ਦੇ ਕਿਨਾਰੇ ਲਾਹੌਰ ਸ਼ੇਖਪੁਰੇ ਦੇ ਕਿਨਾਰੇ ਰਾਵੀ ਦੇ ਆਧਿਨ ਵੀ ਯਾਰ ਜਿਹੜੇ ਪਿੰਡ ਜਾਣਾ ਨਾ ਹੋਵੇ ਉਹਦਾ ਰਾਹ ਪੁੱਛਣ ਦੀ ਕਿਹੜੀ ਜ਼ਰੂਰਤ ਹੁੰਦੀ ਹੈ? ਵੀ ਅੱਲਾਹ ਦੇ ਫਰਿਸ਼ਤੇ ਰੋਟੀਆਂ ਖਾਂਦੇ ਜੂ ਨਹੀਂ, ਇਸ ਦਰਵਾਜ਼ੇ ਤੋਂ ਮੰਗਣ ਕਿਉਂ ਆਉਂਦੇ?
ਉਹ ਬਾਈਆ ਇਸ ਦਰਵਾਜ਼ੇ ਦਾ ਗਦਾ ਗਰ ਫਕੀਰ ਸਡਵਾਵਣਾ ਅੱਲਾ ਦੇ ਫਰਿਸ਼ਤੇ ਫਖਰ ਸਮਝਦੇ ਨੇ। ਤੁਸੀਂ ਸਲਾਮਤ ਰਹੋ, ਇਹਨਾਂ ਹੱਥਾਂ ਨੂੰ ਸਲਾਮ ਹੈ, ਇਹ ਕਿਸੇ ਦੇ ਮਹਤਾਜ ਨਾ ਹੋਵੇ ਹੱਥ। ਮਲਕਾ ਜ਼ੰਜਬਾਰ ਦੇ ਹੱਥਾਂ ਦੀਆਂ ਪੱਕੀਆਂ ਹੋਈਆਂ ਰੋਟੀਆਂ ਅੱਲਾ ਦੇ ਫਰਿਸ਼ਤੇ ਅਰਸ਼ਾਂ 'ਤੇ ਗਿਣ ਕੇ ਗਏ। ਚਿੱਠੀ ਦਾੜੀ ਵਾਲੇ ਬਜ਼ੁਰਗਾਂ, ਉਹ ਅੱਲਾ ਨੂੰ ਏਡੀਆਂ ਪਸੰਦ ਆਈਆਂ, ਅੱਲਾ ਨੂੰ ਏਡੀਆਂ ਚੰਗੀਆਂ ਲੱਗੀਆਂ, ਜਨਾਬੇ ਫਿਜ਼ਾ ਦੇ ਹੱਥਾਂ ਦੀਆਂ ਪੱਕੀਆਂ ਹੋਈਆਂ ਰੋਟੀਆਂ ਜੋ ਅੱਲਾ ਨੇ ਕਿਆਮਤ ਤੱਕ ਕੁਰਾਨ ਵਿੱਚ ਮਹਿਫੂਜ਼ ਫਰਮਾਈਆਂ। ਹੁਣ ਅਗਰ ਮੈਂ ਆਖਾਂ ਵੀ ਫਰਿਸ਼ਤੇ ਇਸ ਦਰਵਾਜ਼ੇ ਤੋਂ ਆ ਕੇ ਮੰਗਦੇ ਨੇ, ਅੱਲਾ ਦੇ ਨਬੀ ਮੰਗਦੇ ਨੇ, ਇਹ ਗੱਲ ਤਾਂ ਮੰਨਣੀ ਚਾਹੁੰਦੀ ਏ। ਜੇ ਇਸ ਮਿੰਬਰ 'ਤੇ ਖੜ ਕੇ ਮੈਂ ਆਖਾਂ ਵੀ ਅੱਲਾ ਵੀ ਮੰਗਦਾ ਹੈ, ਇਹ ਗੱਲ ਕਿਸੇ ਨਹੀਂ ਮੰਨਣੀ, ਬਹੁਤ ਬੜਾ ਦਾਅਵਾ ਹੈ। ਅੱਲਾ ਮੰਗਦਾ ਹੈ, ਅੱਲਾ ਸੁਪਰ ਪਾਵਰ, ਹਰ ਕਹੇ ਕੋ ਡੇਵਣ ਵਾਲਾ, ਰਾਜ਼ਕ, ਮਾਲਿਕ, ਖਾਲਿਕ, ਅੱਲਾ ਵੀ ਮੰਗਦਾ ਹੈ। ਦਲੀਲ ਪੇਸ਼ ਕਰਨੀ ਚਾਹੀਦੀ। ਮੰਗਤਾ ਹੈ ਮੁਲਤਾਨ ਦੇ ਮਜਮੇ ਵਿੱਚ, ਇਹਦੇ ਜ਼ਾਕਿਰਗਰ ਮਜਮੇ ਦੇ ਵਿੱਚ। ਹੁਣ ਪਤਾ ਨਹੀਂ ਕਿਉਂ ਨਹੀਂ ਬੋਲੇ, ਮੈਨੂੰ ਸਮਝ ਨਹੀਂ ਆਈ। ਕਾਇਨਾਤ ਦੀ ਕੀਮਤ ਦਾ ਸ਼ੇਰ ਜਨਾਬ ਦੇ ਨਜ਼ਰ ਕਰਨਾ ਚਾਹੁੰਦਾ। ਅਮਨ ਵਾਲੇ ਦੀ ਹੈਸੀਅਤ ਨਹੀਂ ਵੇਖਦੇ, ਨੀਅਤ ਵੇਖਦੇ, ਨੀਅਤ ਵੇਖਦੇ, ਨੀਅਤ ਵੇਖਦੇ, ਜ਼ਹਿਨ ਬੇਦਾਰ ਬਣ ਭਏ। ਸੋਚ ਸ਼ੇਰ ਸਮਾਤ ਫਰਮਾ ਲਓ, ਜਿਸ ਜਿਸ ਮਕਾਮ ਤੇ ਤਸ਼ਰੀਫ ਫਰਮਾ ਹੋ। ਸੋਚ ਜ਼ਰਾ ਕਿਆ ਬਾਤ ਹੈ ਛੋਟੇ, ਇਸ ਮਤ ਕੇ ਹਾਥੋਂ ਕੀ ਰੋਟੀ। ਸੋਚ ਜ਼ਰਾ ਕਿਆ ਬਾਤ ਹੈ ਛੋਟੇ, ਇਸ ਮਤ ਕੇ ਹਾਥੋਂ ਕੀ ਰੋਟੀ। ਸਰਦਾਰ ਦਾ ਜ਼ਿਕਰ ਹੈ ਨਾ, ਤੁਸੀਂ ਤਾਂ ਚੁੱਪ ਕਰ ਗਏ ਹੋ। ਇਸ ਸਰਦਾਰ ਦੇ ਮੰਨਣ ਵਾਸਤੇ ਸ਼ੀਆ ਹੋਣਾ ਜ਼ਰੂਰੀ ਨਹੀਂ। ਜਾਂ ਮੈਂ ਕੋਈ ਇੱਥੇ ਪਹਿਲੀ ਦਫ਼ਾ ਹਾਜ਼ਰ ਨਹੀਂ ਹੋਇਆ, ਨਾ ਮੇਰੀ ਪਹਿਲੀ ਮਜਲਿਸ ਹੈ, ਮੈਂ ਕਦਰਦਾਨਾਂ 'ਚ ਪੜ੍ਹਦਾ ਪਿਆ। ਇਸ ਗੱਲ 'ਤੇ ਤਾਂ ਮੈਂ ਮੁਤਮੈਨ ਹਾਂ, ਆਜ਼ਾਦਾਰਾਂ 'ਚ ਪੜ੍ਹਦਾ ਪਿਆ। ਚਲੋ ਥੱਕ ਜਾਣਾ, ਵੀ ਫਿਤਰਤ ਹੈ, ਇਨਸਾਨ ਹੈ। ਸ਼ਾਇਦ ਉਰਦੂ ਕਸੀਦਾ ਹੈ, ਸਮਝਾ ਨਹੀਂ ਸਕਿਆ। ਹੁਣ ਪੰਜਾਬੀ ਕਸੀਦਾ, ਉਸ ਬਾਦਸ਼ਾਹ ਦੀ ਸ਼ਾਨ ਦਾ, ਜਿਸ ਦੇ ਮੰਨਣ ਵਾਸਤੇ ਜ਼ਰੂਰੀ ਨਹੀਂ ਵੀ ਬੰਦਾ ਸ਼ੀਆ ਹੋਵੇ।
ਕੋਈ ਸ਼ੀਆ ਏ, ਸੁੰਨੀ ਏ, ਵਹਾਬੀ ਏ, ਅਹਿਲੇ ਹਦੀਸ ਏ, ਚਿਕੜਾਲਵੀ ਏ, ਦਿਓਬੰਦੀ ਏ, ਹਿੰਦੂ ਏ, ਸਿੱਖ ਏ, ਕਿਰਾੜ ਏ, ਕੋਈ ਏ, ਕਾਈ ਏ, ਅਰਬੀ ਏ, ਅਜਮੀ ਏ, ਗੋਰਾ ਏ, ਕਾਲਾ ਏ, ਸੌਰਾ ਏ, ਸਦਾ ਜੀਓ, ਆਬਾਦੋ ਸ਼ਾਂਤ ਰਹੋ। ਕਸੀਦਾ ਪਸੰਦ ਨਹੀਂ ਆਇਆ, ਹੁਣ ਟਾਈਮ ਜੋ ਥੋੜ੍ਹਾ ਹੈ, ਇੱਕ ਮਿਲ ਕੇ ਸਲਵਾਤ ਪੜ੍ਹੋ ਮੇਰੇ ਹੁਸੈਨ ਦੀ ਜ਼ਬਾਨ। ਮਿਹਨਤ ਨਬੀਓ ਸੇ ਭੀ ਹੈ ਭਾਰੀ ਹੁਸੈਨ ਕੀ, ਮਿਹਨਤ ਨਬੀਓ ਸੇ ਅਜ਼ਮਤ ਦਾ ਮਾਲਿਕ ਹੁਸੈਨ, ਉਹ ਹੁਸੈਨ ਬੀਬੀ ਜ਼ੈਨਬ ਦਾ ਵੀਰ, ਅਲੀ ਅਕਬਰ ਦਾ ਬਾਬਾ, ਪਾਕ ਅਲੀ ਅਲੈਹਿ ਸਲਾਮ ਦਾ ਸੋਹਣਾ ਬਚੜਾ, ਕਿਸ ਅਜ਼ਮਤ ਦਾ ਮਾਲਿਕ ਮੇਰਾ ਮੁਰਸ਼ਿਦ ਹੁਸੈਨ ਭਾਈ। ਇਸ ਗੱਲ 'ਤੇ ਵੀ ਮੁਤਮੈਨ ਹਾਂ ਕਿ ਜਿਵੇਂ ਮੈਂ ਪੜ੍ਹਦਾ ਪਿਆਂ, ਕੱਲ੍ਹ ਵੀ ਮੈਂ ਹੀ ਚੰਗਾ ਪੜ੍ਹਿਆ, ਅੱਜ ਹੀ ਮੈਂ ਵੀ ਚੰਗਾ ਪਿਆ। ਨਾ ਬੋਲੋ ਤਾਂ ਤੁਹਾਡੀ ਆਪਣੀ ਮਰਜ਼ੀ ਹੈ, ਇਹ ਵੀ ਤੁਹਾਡੀ ਇਬਾਦਤ, ਤੁਹਾਡੀ ਅਜ਼ਮਤ ਨੂੰ ਸਲਾਮ ਹੈ। ਜ਼ਿਹਨ ਬੇਦਾਰ ਮੇਰੇ ਭਾਈ,
چڑھ گئی ہے زوار حسین کی. کیا بات ہے, گھٹ 1,24,000 پیغمبر اس دنیا تے آئے, اللہ نے اپنی نبیاں تے معجزے ادا کیتے, عطا کیتے معجزے, کہنوا سا دتا. گل تیرے بچیاں نوں وی یاد. پھر میرے مالک خالق نے اپنے نبیاں نوں سواریاں عطا کیتیاں. کیڑے نبی نوں کیڑی سواری ملی, کیڑے نبی نوں کیڑی سواری ملی, تو شیعہ سنیے کسے مسلک نال تیرا تعلق ہے, دعوت فکر پیا دینا, جس جس مقام تے تشریف فرما ہو بڑی توجہ بھائی, کیڑے نبی نوں کیڑی سواری ملی ہے. میں سکھ تھا اٹھا چند منٹ انہاں غریباں دا ذکر جنہاں دے جندرے لگے تے چابیاں نہ لبھیاں. رویندی او گل دور حاضر دا مسلمان, مسلماناں اتنا علی دے پتراں نوں نہیں ماریا, توں تاں فقط ہی او فتوا چاہی ودے جو شیعہ روندن, شیعہ روندن. تیرے علم چ نہیں نانے دا دین کیڈا اوکھا بچا لئی بھین تے پھرا. 28 لجاب نو پیو اکبر دے کیتی بھین دے نال سلائے, سیدہ دے بوں اوکھی بن گئی دین اتے کے کرنا سوال پیدا ہوندا ہے. علی اکبر بھی موجود, امیر قاسم بھی موجود, سرکار عباس بھی موجود, اتنے بنی ہاشم دے جواناں دی موجودگی وچ سرکار حسین علیہ السلام نے بہن دے نال صلح جو کیتی ہے. صلاح کرن دی وجہ کیا ہے؟ بنی ہاشم دے جوان جو موجود صلاحی تا ہوندیاں چاچا جی پھراما نال یا پترا نال, میرے امام نے بہن دے نال صلاح کیتی. آدھا پیانا تھاوی نجاب نو پیو اکبر دے کیتی بہن دے نال صلاح, سیدہ دے بوں اوکھی بن گئی دین اتے کے کرنا آن دے. دین نہ بچیا دے سما دے باکے
ਬੇਬੇ ਦੀ ਆਵਾਜ਼ ਆਦੀ ਹੈ ਵੀਰ ਹੁਸੈਨ ਟਾਈਮ ਹੀ ਉਹ ਕੁਝ ਵੀ ਮਾਫ਼ੀ ਮੰਗ ਕੇ ਮੈਂ ਪੁੱਤਰ ਕੁਰਬਾਨ ਕਰੇ ਸਾਂ ਮੈਂ ਬੇਣੀ ਦੇ ਪਰਦੇ ਕੁਰਬਾਨ ਕਰੇ ਸਾਂ ਵੀਰ ਹੁਸੈਨ ਵਾਤੀ ਦੀਨ ਨਾ ਬਚੀ ਵੀਰ ਹੁਸੈਨ ਅਗਰ ਦੀਨ ਵਾਤੀ ਨਾ ਬਚਿਆ ਮੈਂ ਮਾਂ ਦੀ ਚਾਦਰ ਡੇ ਸਾਂ ਅੱਲਾ ਜਾਣੇ ਤੂੰ ਕਿਹੜੇ ਖਜ਼ਾਨੇ 'ਚ ਬੈਠਾ ਵਾਤੀ ਦੀਨ ਨਾ ਬਚੀ ਰੋਂਦਾ ਰੋਂਦਾ ਮੇਰਾ ਇਮਾਮ ਜ਼ਮੀਨ 'ਤੇ ਬੈਠਾ ਸੈਯਦ ਦੀ ਆਵਾਜ਼ ਆਦੀ ਹੈ ਜ਼ੈਨਾ ਭੈਣ ਵਾਤੀ ਦੀਨ ਨਾ ਬਚੀ ਹੁਣ ਮੇਰੀ ਸੈਣ ਦੀ ਢਾਹ ਨਿਕਲੀ ਹੁਸੈਨ ਦੇ ਪਾਸੇ ਡੇਗ ਕੇ ਬੀਬੀ ਦੀ ਆਵਾਜ਼ ਆਦੀ ਹੈ ਵੀਰ ਹੁਸੈਨ ਰੋ ਨਹੀਂ ਤਾਂ ਭੈਣ ਨੂੰ ਦੱਸਾ ਵੱਤ ਦੀਨ ਕਿਵੇਂ ਬਚੀ ਮੇਰੇ ਇਮਾਮ ਨੇ ਭੈਣ ਦੇ ਪਾਸੇ ਡਿੱਠਾ ਸੈਯਦਾ ਦਾ ਹਰ ਚਾਪ ਤੇ ਪੱਥਰ ਵੀ ਝੱਲਣਾ ਦੀਨ ਵੈਸੀ ਜੱਟਾਂ ਭੈਣ ਮੇਰੀ ਆਸ ਸ਼ਾਮ ਦੇ ਕਹਿ ਦੇ ਤੇਰੀ ਮੁਹੱਬਤ ਵੇਖ ਕੇ ਅੱਧਾ ਵੈਣ ਹੋਰ ਮਾਫ਼ੀ ਮੰਗ ਕੇ ਜੱਟਾ ਸਰਕਾਰੇ ਹੁਸੈਨ ਫਰਮਾਇਆ ਅੱਬਾਸ ਵੀ ਜੀ ਮੌਲਾ ਕਰਬਲਾ ਦੇ ਮੁਸਾਫਰਾਂ ਦੀ ਫਰਿਸ਼ ਤਿਆਰ ਕਰ ਸਰਕਾਰ ਅੱਬਾਸ ਦੀ ਆਵਾਜ਼ ਆਦੀ ਹੈ ਮੌਲਾ ਹੁਕਮ ਫਰਮਾਓ ਕਿਆ ਲਿਖਾਂ ਚਿੱਠੀ ਦਾੜੀ ਵਾਲੇ ਬਜ਼ੁਰਗਾਂ ਸਰਕਾਰ ਹੁਸੈਨ ਦੀ ਆਵਾਜ਼ ਆਦੀ ਅੱਬਾਸ ਵੀਰ ਪਹਿਲਾ ਪਹਿਲਾ ਦੇਖ ਜ਼ੈਨਬ ਬਿੰਤ ਅਲੀ ਅਸੀਰ ਐਸ਼ਾ ਸਰਕਾਰ ਅੱਬਾਸ ਦੇ ਹੱਥ ਕੰਬਣ ਲੱਗ ਪਏ ਜੇਡਾ ਬਹਾਦਰ ਆਈ ਅੱਬਾਸ ਕਲਮ ਜ਼ਮੀਨ ਤੇ ਢਹਿ ਪੀ ਜਲਦੀ ਦੇ ਨਾਲ ਸਰਕਾਰ ਅੱਬਾਸ ਉੱਠੇ ਹੋ ਜਵਾਨ ਬਜ਼ੁਰਗਾਂ ਭਾਈਆਂ ਸਰਕਾਰ ਹੁਸੈਨ ਦੇ ਕਦਮਾਂ ਤੇ ਹੱਥ ਲਾ ਕੇ ਗਾਜ਼ੀ ਦੀ ਆਵਾਜ਼ ਦੀ ਹੈ ਮੌਲਾਜ ਮੇਰੀ ਆਜ਼ਾਦੀ ਵੀ ਨਾਲ ਵਜਣਾ ਹੈ ਤੇ ਮੇਰੇ ਦੁਨੀਆ ਤੇ ਆਵਣ ਦਾ ਮੇਰੀਆਂ ਸੈਣੀ ਨੂੰ ਕਿਹੜਾ ਫਾਇਦਾ ਹੈ ਸਰਕਾਰ ਹੁਸੈਨ ਫਰਮਾਉਂਦੇ ਅੱਬਾਸ ਵੀਰ ਲਿਖ ਛੋੜ ਬਾਬਾ ਜੀ ਕੰਬਦਿਆਂ ਹੋਇਆਂ ਹੱਥਾਂ ਦੇ ਨਾਲ ਸਰਕਾਰ ਅੱਬਾਸ ਨੇ ਲਿਖਿਆ ਜ਼ੈਨਬ ਬਿੰਤ ਅਲੀ ਅਸੀਰ ਸ਼ਾਮ ਸਰਕਾਰ ਹੁਸੈਨ ਦੀ ਆਵਾਜ਼ ਆਦੀ ਅੱਬਾਸ ਵੀਰ ਦੂਜਾ ਨਾਮ ਲਿਖ ਮੌਲਾ ਹੁਕਮ ਫਰਮਾਓ ਸਰਕਾਰ ਹੁਸੈਨ ਦੀ ਆਵਾਜ਼ ਆਦੀ ਦੂਜਾ ਨਾਮ ਲਿਖ ਕਲਸੂਮ ਬਿੰਤ ਅਲੀ ਅਸੀਰ ਸ਼ਾਮ ਸਾਰਾ ਮਜ਼ਮੂਨ ਛੋੜ ਦਿੱਤਾ ਸਰਕਾਰ ਅੱਬਾਸ ਦੀ ਆਵਾਜ਼ ਆਦੀ ਮੌਲਾ ਲਿਖੀ ਚ ਗਿਆ ਬਸ ਬੇ ਸ਼ਰੀਫਾਂ ਹੁਣ ਸਰਕਾਰ ਹੁਸੈਨ ਦੀ ਆਵਾਜ਼ ਆਦੀ ਅੱਬਾਸ ਵੀਰ ਮੇਰੀ ਤ੍ਰੀਜੀ ਭੈਣ ਦਾ ਨਾਮ ਲਿਖ ਰੁਕਈਆ ਬਿੰਤ ਅਲੀ ਅਸੀਰ ਜਾ ਜਿਵੇਂ ਸਰਕਾਰ ਅੱਬਾਸ ਕੁਰਸੀ ਤੇ ਬੈਠੀਆਂ ਜਲਦੀ ਦੇ ਨਾਲ ਕੁਰਸੀ ਛੋੜੀ ਸਰਕਾਰ ਹੁਸੈਨ ਦੇ ਕਦਮਾਂ ਤੇ ਹੱਥ ਰੱਖਿਆ ਇਵੇਂ ਗਾਜ਼ੀ ਹੱਥ ਬੰਨ ਕੇ ਆਦੇ ਹੈ ਮੌਲਾਜ ਨੌਕਰ ਦੇ ਹਿੱਸੇ ਦੀ ਭੇਣ ਨਾਲ ਵਜਣਾ ਹੈ ਤੇ ਜਿਹੜਾ ਪਹਿਲਾ ਪਹਿਲਾ ਨਾਮ ਲਿਖਵਾਇਆ ਨੇ ਮਿਟਾ ਛੋੜਾ ਮੇਰੇ ਇਮਾਮ ਦੀਆਂ ਅੱਖੀਂ ਸਾਵਣ ਦੇ ਬੱਦਲ ਵਾਂਗ ਵਸਣ ਲੱਗ ਪਈਆਂ ਸਰਕਾਰ ਅੱਬਾਸ ਦੇ ਪਾਸੇ ਡਿੱਠਾ ਹੈ ਹੁਸੈਨ ਗਾਜ਼ੀ ਆਦਾ ਮੌਲਾ ਹੁਕਮ ਦਿਓ ਜਿਹੜਾ ਪਹਿਲਾ ਨਾਮ ਲਿਖਵਾਇਆ ਨੇ ਮਿਟਾ ਛੋੜਾ ਸਰਕਾਰ ਹੁਸੈਨ ਅੱਬਾਸ ਦੇ ਪਾਸੇ ਡਿੱਠਾ ਸੈਯਦ ਆਦਾ